ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵਿਜੇ ਜੀ ਆਪਣੀ ਵਿਜਟ ਹੈਗੀ ਆ ਪਿੰਡ ਵਾਈਪਈ, ਜ਼ਿਲ੍ਹਾ ਤਰਨ ਤਾਰਨ, ਪਿੰਡ ਤਹਿਸੀਲ ਖੰਡੂਰ ਸਾਹਿਬ। ਇਹਨੇ ਵੀਰਾਂ ਕੀ ਵੀਡੀਓ ਬਣਾਈ ਆ ਜੀ ਆਪਾਂ ਅੱਜ ਵੀ, ਇਹਨਾਂ ਕੋਲ 3-4 ਦੇ ਲਗਭਗ ਪਸ਼ੂ ਸੇਲ ਆ, ਅਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੈਸਟ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀ ਖਰੀਦੋ, ਨਾਲੇ ਵੀਡੀਓ ਵੱਧ ਸ਼ੇਅਰ ਕਰ ਦਿਆ ਕਰੋ। ਚਲੋ ਕਹਾਂਗੇ ਵੀਰ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਹੋਣੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਹੋਰ ਬਾਈ ਜੀ ਕਿੱਦਾਂ? ਬਹੁਤ ਵਧੀਆ, ਕਿਵੇਂ ਚੱਲ ਰਿਹਾ ਕੰਮ? ਬਹੁਤ ਵਧੀਆ ਵੀਰ ਜੀ, ਵਧੀਆ। ਚਲੋ ਚਲੋ, ਅੱਜ ਫਿਰ ਜੀ? ਅੱਜ ਜੀ ਦੋ ਬੈਣਾਂ ਜੀ, ਹਾਂਜੀ, ਇੱਕ ਮੱਝ। ਠੀਕ ਹੈ, ਤਿੰਨ ਪਸ਼ੂ ਆ? ਤਿੰਨ ਪਸ਼ੂ, ਠੰਡੇ ਆ ਕਟਾਂਡੇ ਕਟਾਂਡੇ। ਚਲੋ ਦੱਸੋ ਜੀ ਇਹਦੇ ਬਾਰੇ। ਇਹ ਭਾਜੀ ਵੈਣ ਸੂਈ ਜੀ, ਅੱਜ 8ਵਾਂ ਦਿਨ ਜੀ ਸੂਈ ਮੈਨੂੰ। ਹਾਂਜੀ, ਤੇ ਦੁੱਧ ਇਹਦੇ ਕੋਲ ਭਾਜੀ ਬੱਚੇ ਨੂੰ ਚੁਗਾ ਕੇ 20 ਕਿਲੋ ਆ। ਅੱਛਾ, 20 ਕਿਲੋ, ਠੀਕ ਠੀਕ ਹੈ ਜੀ। ਜਿਹੜਾ 20 ਕਿਲੋ ਆਪਾਂ ਚਵਾ ਦੇਣਾ, ਇਹ ਨਹੀਂ ਆ ਕੋਈ ਆਖੂਗਾ ਕਿ ਵੀ 17 ਨਿਕਲੇ, 18 ਨੇ 20 ਕਿਲੋ ਤੋਂ ਪਲੱਸ ਨਿਕਲੂਗਾ। 20 ਕਿਲੋ ਪਲੱਸ ਹੀ ਨਿਕਲੂਗਾ, ਬੱਚੀ ਆ ਗਿਆ ਮਗਰ? ਨਹੀਂ ਮਗਰ ਬੱਚਾ ਜੀ, ਬੱਚਾ ਆ ਗਿਆ ਮਗਰ। ਤੇ ਖੋਲੀ ਵੀ ਜੀ ਹੈਗੇ? ਲਓ ਜੀ 20 ਕਿਲੋ ਨੇ ਬੈਠ। ਵੇਖੋ ਕਿਹੜਾ ਕਿਹੜਾ ਲੱਗਿਆ ਹੁਣ, ਬਾਕੀ ਬਹੁਤ ਵੱਡੀ। ਹਾਂਜੀ ਹਾਂ, ਠੀਕ ਆ, ਆ ਜਾਓ ਲਓ ਜੀ ਦੇਖੋ। ਦੂਜਾ ਸੂਆ ਭਾਜੀ ਵੈੜ ਜੀ, ਦੂਜਾ ਸੂਆ ਵੈੜ, ਤੇ ਦੇਖੋ ਵੱਡੀ ਵੈੜ ਆ ਪੂਰੀ। ਹਾਂ ਜੀ ਭਾਜੀ, ਬਹੁਤ ਜ਼ਿਆਦਾ ਥਾਂ ਵੀ ਭਾਜੀ, ਬਹੁਤ ਥਾਂ ਨੇ, ਬੜਾ ਸੋਹਣਾ ਲੱਗਿਆ ਜੀ। ਆ ਜਾਓ ਭਾਜੀ, ਆ ਜਾਓ ਚੁਆ, ਆ ਜਾਓ ਵਧੀਆ ਜੀ ਭਾਜੀ। ਇੱਕ ਨੰਬਰ ਦਾ ਚੁਆ, ਜਿਹੜਾ ਬੰਦਾ ਆਖੂਗਾ ਵੀ ਹੋਰ ਤੇ ਬੱਚਾ ਚੰਗਾ, ਬੱਚਾ ਫਿਰ ਬਣੋ। ਹਾਂ ਬੱਚਾ ਜੋ ਗਿਆ, ਆਹ ਬੱਚਾ ਲੱਗਾ ਥੱਲੇ ਲੱਗਦਾ। ਹਾਂਜੀ, ਬੱਚੇ ਭਾਉ ਪਛਾਣ ਮੰਨ, ਬੱਚਾ ਲੱਗ ਗਿਆ। ਚਲੋ ਕੋਈ ਨਹੀਂ, ਕੋਈ ਗੱਲ ਨਹੀਂ, ਉਹਦੇ ਬਾਕੀ ਉਹਦੇ ਵੇਖ ਲੈਣੀ ਇਹਨੇ। ਹਾਂ ਬਿਲਕੁਲ ਜੀ, ਬਿਲਕੁਲ ਬੋਲੋ ਜੀ ਜੀ। ਮੁੱਲ ਕੋਈ ਬਹੁਤਾ ਜ਼ਿਆਦਾ ਨਹੀਂ ਹੈ, 57,000 ਦੀ ਜੀ। 57,000 ਦੀ, ਚਲੋ ਠੀਕ ਹੈ, ਠੀਕ ਹੈ। ਆਹਾਂ ਜੀ, ਇਹ ਵੀ ਭਾਜੀ ਇਹਨੂੰ ਸ਼ਿਵਾ ਦੇਣੇ ਸੁਣੀ ਨੂੰ। ਹਾਂਜੀ, ਇਹਦੇ ਮਗਰ ਹੀ ਬੱਚਾ ਦੇ ਦੁੱਧ ਭਾਜੀ, ਇਹ ਕੋ ਬੱਚਾ ਚੰਗਾ ਕੇ 12 ਕਿਲੋ ਜੀ। ਅੱਛਾ ਠੀਕ ਆ, ਹਾਂਜੀ 12 ਕਿਲੋ ਪੱਕਾ ਦੁੱਧ ਦੇ ਦਿੰਦੇ। ਲਓ ਜੀ ਵੇਖੋ, 12 ਕਿਲੋ ਦੁੱਧ ਪੂਰਾ ਪੱਕਾ ਜੀ, ਇਹ ਵੀ ਇਹਦੇ ਮਗਰ ਬੱਚਾ ਹੀ ਆ। ਹਾਂਜੀ, ਆ ਦੇਖੋ ਹਾਂਜੀ ਭਾਜੀ। ਫਿਰ ਇਹਦਾ ਭਾਜੀ ਮੁੱਲ ਵੀ ਛੋਟਾ ਹੀ ਆ, ਇਹ 28,000 ਦੀ ਭਾਜੀ। 28,000 ਦੀ, ਚਲੋ ਮੱਝ ਸੂਈ ਹੈ ਜੀ ਇਹ ਵੀ। ਅੱਛਾ, ਦੁੱਧ ਕਿੰਨਾ ਜੀ? ਦੁੱਧ ਭਾਜੀ ਇੱਕ ਬੋਲਾ ਹੀ 8 ਕਿਲੋ ਦਿਨ ਦੀ ਸੂਈ ਜੀ। ਅੱਜ 8 ਕਿਲੋ ਬੋਲਾ ਜੀ, ਹੈ ਜੀ ਭਾਜੀ। ਆਪਾਂ ਦੱਸ ਦੇਣਾ ਪਹਿਲਾਂ ਹੀ, ਭੈਣ ਭਰਾ ਕੋਈ ਦੂਰੋਂ ਆਉਣਾ ਹੁੰਦਾ। ਹਾਂਜੀ, ਇਹ ਭਾਜੀ ਬੱਚਾ ਨਹੀਂ ਹੈ ਲੈਂਦੀ? ਅੱਛਾ ਨਹੀਂ ਲੈਂਦੀ। ਬੱਚਾ ਲੈਂਦੀ ਕਿ ਬੱਚਾ ਚੁੰਘਦਾ ਨਹੀਂ ਜੀ? ਅੱਛਾ ਚੁੰਘਦਾ ਨਹੀਂ, ਬੱਚਾ ਚੁੰਘਦਾ ਨਹੀਂ, ਉਹ ਬਾਲਟੀ ਦੁੱਧ ਪੀਂਦਾ ਜੀ। ਠੀਕ ਆ, ਤੇ ਸੂਈ ਵੀ ਆਪਣੇ ਕੋਲ ਜੇਰ ਜੂਰ, ਕੱਲੀ ਕੱਲੀ ਚੀਜ਼ ਆਪਣੇ ਕੋਲ ਵੀਡੀਓ ਪਈ ਜੀ। ਠੀਕ ਹੈ ਜੀ, 8 ਕਿਲੋ ਬੋਲਾ ਜੀ, ਭਾੜਾ ਪਾ ਕੇ ਭਾਜੀ ਮਿਲਦੀ ਜੇ, ਕੋਈ ਟੀਕਾ ਕੋਈ ਕੁਛ ਨਹੀਂ। ਠੀਕ ਆ, ਤੋਰੋ ਜੀ, ਤੋਰੋ ਜੀ, ਲਓ ਜੀ ਇਦਾਂ ਹੀ ਪਸੰਦੂਗੀ ਤੇਰੇ ਨਾਲ ਭਾੜਾ ਪਾ ਲਿਆਂਦੀ। ਬਾ ਠੀਕ ਆ, ਬਸ ਕਟਾ ਕਟੀ ਹਾਂ ਜੀ ਜੀ, ਕਟਾ ਮਗਰ ਆ ਗਿਆ। ਉਹ ਬਾਟੇ ਪੀਂਦਾ ਭਾਜੀ ਦੋਦੇ ਨਾਲ, ਬਾਟੇ ਪੀਂਦਾ। ਬਸ ਠੀਕ ਆ, ਐ ਮਜ਼ੇ ਲੈ ਨਹੀਂ ਕਿ ਮਜ਼ੇ ਨਾਲੇ। ਚਲੋ ਲੋ, ਆ ਜਾਓ ਜੀ, ਆ ਜਾਓ। ਹਾਂਜੀ, ਫਿਰ ਜੇ ਤੇ ਭਾਜੀ ਮਿਲਦੀ ਵਧੀਆ ਤਰੀਕੇ ਨਾਲ, ਫਿਰ 70-74 ਜੋ ਮਰਜ਼ੀ ਕਹਿ ਦਿੰਦੇ। ਹਾਂਜੀ, ਹੁਣ ਉਹ ਪੂਰੇ ਕਰਨੇ 64,000 ਦੀ ਭਾਜੀ, 64,000 ਦੀ। ਹਾਂਜੀ ਚਲੋ,
ਪਿੰਡ ਬਈਪੁਈ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਖਡੂਰ ਸਾਹਿਬ ਜੀ। ਠੀਕ ਹੈ, ਸਤਿ ਸ਼੍ਰੀ ਅਕਾਲ। ਓਕੇ ਜੀ ਸਰ।